ਜੀ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਸੋ ਅੱਜ ਅਸੀਂ ਆਪਣੀ ਰਾਈਡ ਸਟਾਰਟ ਕਰ ਰਹੇ ਹਾਂ ਜੀ ਕਸ਼ਮੀਰ ਤੋਂ ਕੰਨਿਆਕੁਮਾਰੀ ਮਤਲਬ ਕੰਨਿਆਕੁਮਾਰੀ ਤੋਂ ਕਸ਼ਮੀਰ ਕਰ ਰਹੇ ਅਸੀਂ ਕਿਉਂਕਿ ਪਹਿਲਾਂ ਸਾਡਾ ਕਸ਼ਮੀਰ ਤੋਂ ਕੰਨਿਆਕੁਮਾਰੀ ਦਾ ਪਲਾਨ ਸੀ ਬਟ ਹੁਣ ਕੰਨਿਆਕੁਮਾਰੀ ਤੋਂ ਕਸ਼ਮੀਰ ਕਰਾਂਗੇ ਕਿਉਂਕਿ ਮੇਨ ਚੀਜ਼ ਜਦੋਂ ਵਾਪਸ ਆਵਾਂਗੇ ਕੁਛ ਕਿਉਰਿਓਸਿਟੀ ਹੋਣੀ ਚਾਹੀਦੀ ਹੈ ਸਾਡੀ ਇੱਕ ਰਾਈਡ ਨੂੰ ਸਮਾਪਤ ਕਰਨ ਲਈ ਇੱਕ ਵਧੀਆ ਡੈਸਟੀਨੇਸ਼ਨ ਹੋਣੀ ਚਾਹੀਦੀ ਹੈ ਇਸ ਕਰਕੇ ਕਸ਼ਮੀਰ ਤੋਂ ਵੱਡੀ ਹੋਰ ਬੈਸਟ ਡੈਸਟੀਨੇਸ਼ਨ ਹੋ ਸਕਦੀ ਆਪਣੀ ਰਾਈਡ ਨੂੰ ਫਿਨਿਸ਼ ਕਰ ਲਈ ਸੋ ਵੀਡੀਓ ਚੰਗੀ ਲੱਗੀ ਸ਼ੇਅਰ ਕਰਿਓ ਕਮੈਂਟ ਕਰਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬਾਈ ਵਾਲੇ ਚੈਨਲ ਨੂੰ ਵੀ ਤਾਂ ਮੇਰੇ ਚੈਨਲ ਹਾਂਜੀ ਹਾਂਜੀ ਆਪਣੇ ਤੁਹਾਨੂੰ ਦਿਖਾਈਏ ਤੁਹਾਨੂੰ ਜੀ ਕਿੱਦਾਂ ਆਪਣੇ ਬਾਈਕ ਖੜੇ ਅਸੀਂ ਆ ਭਾਜੀ ਜੀ ਬੱਟੂ ਸਾਹਿਬ ਆਪਣੇ ਖੰਨੇ ਤੋਂ ਭਾਈ ਗੋਬਿੰਦਗੜ੍ਹ ਤੋਂ ਅਤੇ ਆਪਾਂ ਜਾ ਰਹੇ ਹਾਂ ਸਾਰੇ ਅਤੇ ਭਾਜੀ ਉਹਨਾਂ ਦੀ ਸ਼ੋਪ ਤੋਂ ਆਪਾਂ ਸਟਾਰਟ ਕਰਨ ਲੱਗੇ ਹਾਂ ਰੋਇਲ ਟੇਲਰ ਗੋਬਿੰਦਗੜ੍ਹ ਠੀਕ ਹੈ ਆਹ ਆਪਣੀ ਬਾਈਕ ਖੜ੍ਹੀ ਆ ਕਰੋ ਉਹਦੇ ਨਾਲ ਦਰਸ਼ਨ ਜਰਾ ਹੋਏ ਠੀਕ ਹੈ ਜੀ ਰੋਇਲ ਇਨਫੀਲਡ 2009 ਮਾਡਲ ਦੂਜੀ ਵਾਰ ਜਾ ਰਹੀ ਕੰਨਿਆਕੁਮਾਰੀ ਇਹ ਇੱਕ ਵਾਰ 2018 'ਚ ਜਾਇਆ ਜੀ 17 'ਚ ਅਤੇ ਤੁਹਾਨੂੰ ਬਹੁਤ ਵਧੀਆ ਹੁਣ ਵੀਡੀਓ ਮਿਲਣਗੀਆਂ ਅਤੇ ਆਹ ਚੈਨਲ ਰੱਖਣਾ ਹੈ ਜੀ ਵਿੰਟੇਜ ਰਾਈਡਰ ਪੰਜਾਬ ਅਤੇ ਭਾਜੀ ਹੁਣਾਂ ਦਾ ਆਪਾਂ ਬਾਈਕ ਦਿਖਾ ਲਈਏ ਆਹ ਭਾਜੀ ਹੁਣਾਂ ਦੀ ਬਾਈਕ ਖੜ੍ਹੀ ਹੈ ਹੁਣ ਆਪਾਂ ਪਹੁੰਚ ਚੁੱਕੇ ਜੀ ਇਸ ਟਾਈਮ ਹੋਟਲ ਹੈਗਾ ਆ ਸਾਲਾਸਰ ਤੇ ਇੱਥੇ ਹੁਣ ਅਸੀਂ ਖਾਣਾ ਖੂਨ ਖਾਣ ਲਈ ਰੁਕੇ ਹਾਂ ਤੇ ਰਾਤ ਨਾਲ ਇੱਥੇ ਸਟੇ ਕਰਾਂਗੇ ਸਵੇਰੇ ਮਾਰਨਿੰਗ ਨਿਕਲਾਂਗੇ ਤੇ ਤੁਹਾਨੂੰ ਇੱਕ ਝਲਕ ਦਿਖਾ ਦਈਏ ਕਿਉਂ ਬਾਈ ਜੀ ਹੋਟਲ ਦਾ ਦਿਖਾ ਦਈਏ ਕਰੀ ਹਾਂਜੀ ਹਾਂਜੀ ਕਿੱਦਾਂ ਠੀਕ ਹੈ ਦਿਖਾਓ ਦਿਖਾਓ ਜੀ ਟੂਰ ਨੀ ਹੋ ਗਿਆ ਵੀ ਇੱਕ ਟੂਰ ਹੁੰਦਾ ਇੱਕ ਟੂਰ ਤੋਂ ਵੀ ਬਹੁਤ ਉੱਪਰ ਉਹਦਾ ਸਤਰ ਪਹੁੰਚ ਗਿਆ ਟੂਰ ਸਾਡੇ ਦਾ ਵੀ ਇਹਨਾਂ ਕਰ ਇਹਨਾਂ ਦੀ ਬਦੌਲਤੀ ਮੈਂ ਆਇਆ ਇਹਨਾਂ ਨੇ ਮੈਨੂੰ ਹੱਲਾਸ਼ੇਰੀ ਦਿੱਤੀ ਸਾਡੇ ਸੀਨੀਅਰ ਨੇ ਇਹ ਵੀ ਇਹ ਇੱਕ ਬਹੁਤ ਸੁਲਝੇ ਹੋਏ ਯਾਰ ਸੀਨੀਅਰ ਘੁੰਮਣ ਫਿਰਨ ਵਾਲੇ ਨੇ ਸਾਡੇ 'ਚੋਂ ਵੀ ਅਸੀਂ ਇਹਨਾਂ ਦੀ ਸਾਡੇ ਬੜੇ ਨੇ ਬਹੁਤ ਵੀ ਇਹਨਾਂ ਦੀ ਕਦਰ ਕਰ ਮੈਨੂੰ ਇੱਕ ਫੋਨ 'ਤੇ ਅਸੀਂ ਇਹਨਾਂ ਦੀ ਸਾਡੀ ਗੱਲ ਮੰਨਣੀ ਪੈਂਦੀ ਹੈ ਜੀ ਕਿਉਂ ਇਹਨਾਂ 'ਚ ਇੱਕ ਸਪੈਸ਼ਲਿਟੀ ਹੈ ਇਹ ਚੀਜ਼ ਦੀ ਇਹ ਇੰਨੇ ਅੱਛੇ ਇਨਸਾਨ ਨੇ ਇਸ ਕਰਕੇ ਵੀ ਉਹ ਕਰਕੇ ਮੇਰਾ ਵੀ ਮਨ ਬਣ ਜਾਂਦਾ ਜੀ ਇਹ ਪਤਾ ਨਹੀਂ ਕਿਉਂ ਕੀ ਜਾਦੂ ਕਰਤਾ ਇਹਨਾਂ ਨੇ ਪੁਰਾਣੇ ਜਨਮਾਂ ਲਿਖਿਆ ਜੋ ਕੋਈ ਹੈ ਜੀ ਵੀ ਜਾਦੂ ਇਹੋ ਜਿਹਾ ਕਰਤਾ ਵੀ ਮੈਂ ਬਲਡਾਂ 'ਚ ਦੱਸ ਨਹੀਂ ਸਕਦਾ ਕਿ ਸਾਡਾ ਪਿਆਰ ਹੈ ਇੰਨਾ ਵੀ ਇਹਨਾਂ ਕਰਕੇ ਇਹਨਾਂ ਦੀ ਬਦੌਲਤ ਕਰਕੇ ਮੈਂ ਘੁੰਮ ਰਿਹਾ ਠੀਕ ਹੈ ਚਲੋ ਮਿਲਦੇ ਕੱਲ੍ਹ ਫਿਰ ਜੀ ਠੀਕ ਹੈ ਜੀ ਓਕੇ ਜੀ ਸਤਿ ਸ਼੍ਰੀ ਅਕਾਲ ਜੀ ਪੁੱਛੋ ਕਿੱਦਾਂ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਬਹੁਤ ਵਧੀਆ ਤੁਸੀਂ ਕਿਸੇ ਘਟਾ ਮੰਗਾ ਲਿਆ ਹੈ ਬੇਸਨ ਘਟਾ ਮੰਗਾ ਜੀ ਕਿੱਥੇ ਪਹੁੰਚੀ ਇੱਦਾਂ ਬਸ ਇੱਦਾਂ ਕਰੀਏ ਫਿਰ ਦੱਸੀਏ ਸਾਰੀ ਗੱਲ ਕਰ ਕਰਕੇ ਇੱਦਾਂ ਇਹ ਹਾਲ ਆ ਗਿਆ ਪੂਰੇ ਕਿੱਥੇ ਪਹੁੰਚ ਗਿਆ ਭਾਜੀ ਅਸੀਂ ਪਹੁੰਚ ਗਏ ਜੀ ਵਿਆਹਵਰ ਵਿਆਹਵਰ ਹੈ ਨਾ ਕਸ਼ਮੀਰ ਟੂ ਕੰਨਿਆਕੁਮਾਰੀ ਕਸ਼ਮੀਰ ਟੂ ਕੰਨਿਆਕੁਮਾਰੀ ਅਸੀਂ ਰਾਈਡ ਸ਼ੁਰੂ ਕੀਤੀ ਇਹ ਗੱਲ ਸਾ ਜੀ ਨਾ ਹਾਂਜੀ ਹਾਂਜੀ ਵੀ ਇੰਨਾ ਕੁ ਆਨੰਦ ਆਇਆ ਵੀ ਇਸ ਟਾਈਮ ਅਸੀਂ ਵਿਆਹਵਰ ਹੈ ਢਾਬੇ ਦਾ ਖਾਣਾ ਕਿੱਦਾਂ ਲੱਗਾ ਤੁਹਾਨੂੰ ਖਾਣਾ ਵੀ ਮੈਂ ਕਹਿੰਦਾ ਦੇਖੋ ਜੀ ਖਾਣਾ ਮੈਂ ਤੁਸੀਂ ਸੋਚ ਨਹੀਂ ਸਕਦੇ ਇਹਨੂੰ ਕਹਿੰਦੇ ਆ ਬੇਸਣ ਕੱਟਾ ਹੈ ਨਾ ਨਹੀਂ ਬੇਸਣ ਕੱਟਾ ਬੇਸਣ ਕੱਟਾ ਦਿੰਦੇ ਇਹਨੂੰ ਜਿੱਦਾਂ ਆਪਣੇ ਕੜੀ ਪਕੌੜੇ ਪਾਏ ਹੁੰਦੇ ਆ ਨਾਲ ਨੂੰ ਹਰੀ ਸ਼ਾਨਦਾਰ ਆ ਤੇ ਬੰਦੇ ਪਹਿਲੇ ਵਧੀਆ ਹਰੀ ਮਿਰਚ ਹਰੀ ਮਿਰਚ ਸਵਾਦ ਆ ਗਿਆ ਅਚਾਰੀ ਸਵਾਦ ਆ ਗਿਆ ਹੈ ਨਾ ਅਤੇ ਬਾਕੀ ਸਵੇਰੇ ਆਪਾਂ ਤੁਹਾਨੂੰ ਡੈਮੋ ਦਿਆਂਗਾ ਪੂਰਾ ਜਾਣ ਤੋਂ ਪਹਿਲਾਂ ਮਾਲਕਾਂ ਨਾਲ ਕਰਾਵਾਂਗਾ ਗੱਲਬਾਤ ਅਤੇ ਖਾਣਾ ਵੀ ਪੂਰਾ ਸਸਤਾ ਆ ਜਿੱਦਾਂ ਨਹੀਂ ਹੈਗਾ ਵੀ ਜੋ ਕਹਿਣੀ ਚਾਹੁੰਦੇ ਆਪਾਂ ਗੱਲ ਉਹ ਹੈ ਨਹੀਂ ਜੀ ਨਾ ਬਹੁਤ ਵਧੀਆ ਸਸਤਾ ਖਾਣਾ ਚੀਜ਼ ਵਧੀਆ ਵਧੀਆ ਬੈਸਟ ਕੁਆਲਿਟੀ ਖਾਣਾ ਖੁਣਾ ਖਾ ਕੇ ਬਾਅਦ 10 ਦਿਨ ਮਾਲਕ ਨਾਲ ਗੱਲ ਕਰਾਉਂਦੇ ਜੀ ਹਾਂ ਕੀ ਹਿਸਾਬ ਕਿਤਾਬ ਆ ਕਿੱਥੇ ਆ ਕੀ ਲੋਕੇਸ਼ਨ ਆ ਠੀਕ ਹੈ ਭਾਅ ਜੀ ਓਕੇ ਜੀ ਓਕੇ